ਸੈਟੀਸਫਾਈ ਹੋਈ ਆ ਜਿਹੜੇ ਸਵਾਲਾਂ ਦੇ ਜਵਾਬ ਬਿਕਰਮ ਮਜੀਠੀਆ ਨੇ ਦਿੱਤੇ ਨੇ, ਜਿਹਨੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੀ ਸੀ ਸਿੱਟ, ਕੀ ਉਹਦੇ ਤੋਂ ਸਿੱਟ ਹੈ ਜਿਹੜੀ ਉਹ ਸੈਟੀਸਫਾਈ ਹੋਈ ਹੈ? ਦੇਖੋ ਵਿਜੇ, ਜ਼ਾਹਿਰ ਜੀ ਗੱਲ ਹੈ ਕਿ ਜਦੋਂ ਜਿੰਨਾ ਆਪਾਂ ਹੁਣ ਤੱਕ ਕਾਨੂੰਨੀ ਤੌਰ 'ਤੇ ਜਾਂ ਅਦਾਲਤੀ ਪ੍ਰਕਿਰਿਆ ਨੂੰ ਹੁਣ ਤੱਕ ਸਮਝ ਪਾਏ ਹਾਂ, ਤਾਂ ਜਦੋਂ ਵੀ ਕਿਸੇ ਕੇਸ ਦੇ ਵਿੱਚ ਜ਼ਮਾਨਤ ਦਿੰਦੀ ਅਦਾਲਤ, ਤਾਂ ਉਸ ਜ਼ਮਾਨਤ ਦੇ ਦੌਰਾਨ ਜਿਹੜੀ ਜ਼ਮਾਨਤ ਦੇ ਆਰਡਰ ਹੁੰਦੇ ਨੇ, ਉਹਨਾਂ ਆਰਡਰਾਂ ਦੇ ਵਿੱਚ ਬਕਾਇਦਾ ਲਿਖਿਆ ਜਾਂਦਾ ਕਿ ਕਿਹੜੇ ਆਧਾਰ 'ਤੇ ਜਿਹੜੀ ਜ਼ਮਾਨਤ ਦਿੱਤੀ ਜਾ ਰਹੀ ਹੈ, ਬਿਕਰਮ ਮਜੀਠੀਆ ਪਹੁੰਚ ਗਏ ਨੇ, ਤਾਂ ਉਹਦੇ ਵਿੱਚ ਜ਼ਰੂਰ ਲਿਖਿਆ ਜਾਂਦਾ ਔਰ ਉਸੇ ਆਧਾਰ 'ਤੇ ਬਿਕਰਮ ਮਜੀਠੀਆ ਇਹ ਗੱਡੀ ਦੇ ਵਿੱਚ ਤੁਹਾਡੇ ਸਾਹਮਣੇ ਤਸਵੀਰਾਂ ਨੇ, ਔਰ ਅੱਗੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਬੈਰੀਕੇਡਿੰਗ ਕਰਕੇ ਰੋਕਿਆ ਹੋਇਆ ਔਰ ਬਿਕਰਮ ਮਜੀਠੀਆ ਬਾਹਰ ਆ ਗਏ ਨੇ। ਤਾਂ ਵਿਜੇ, ਬਿਕਰਮ ਮਜੀਠੀਆ 7 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਬਾਹਰ ਆਏ ਨੇ। ਪਹਿਲਾਂ ਆਪਣੇ ਸਾਥੀਆਂ ਦੇ ਰੂਬਰੂ ਹੋਣੇ ਤੇ ਉਹਦੇ ਚਿਹਰੇ 'ਤੇ ਸਮਾਈਲ ਆ, ਚਿਹਰੇ 'ਤੇ ਸਮਾਈਲ ਆ ਬਿਕਰਮ ਮਜੀਠੀਆ ਦੇ, ਪਰ ਜਿਹੜੇ ਲਹਿਜੇ ਦੇ ਵਿੱਚ ਜਦੋਂ ਪੁੱਛਗਿੱਛ ਸ਼ੁਰੂ ਹੋਈ ਆ ਉਦੋਂ ਅੰਦਰ ਗਏ ਸੀ, ਉਸੇ ਲਹਿਜੇ ਦੇ ਵਿੱਚ ਬਿਕਰਮ ਮਜੀਠੀਆ ਬਾਹਰ ਆਏ ਨੇ। ਉਹਨਾਂ ਦੇ ਨਾਲ ਉਹਨਾਂ ਦੀ ਟੀਮ, ਉਹਨਾਂ ਦੇ ਸਾਥੀ ਜਿਹੜੇ ਅੰਦਰ ਗਏ ਸੀ। ਤਾਂ ਬਿਕਰਮ ਮਜੀਠੀਆ ਆਪਣੇ ਸਾਥੀਆਂ ਨੂੰ ਇੱਥੇ ਸੰਬੋਧਨ ਵੀ ਹੋਣਗੇ, ਉਹਨਾਂ ਦੇ ਸਾਹਮਣੇ ਪਹੁੰਚੇ ਨੇ ਬਿਕਰਮ ਮਜੀਠੀਆ ਇੱਥੇ, ਤਾਂ ਵੁਇਸ ਸਪੋਰਟ ਬਿਕਰਮ ਮਜੀਠੀਆ, ਇਸ ਤਰ੍ਹਾਂ ਦੇ ਜਿਹੜੇ ਹੋਰਡਿੰਗ ਨੇ ਉਹ ਹੱਥਾਂ ਦੇ ਵਿੱਚ ਤਖਤੀਆਂ ਖੜੀ, ਉਹਨਾਂ ਦੇ ਜਿਹੜੇ ਸਾਥੀ ਨੇ ਉਹ ਨਜ਼ਰ ਆ ਰਹੇ ਨੇ। ਤਾਂ ਜ਼ਾਹਿਰ ਜੀ ਗੱਲ ਵਿੱਚ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਦੋਂ ਜ਼ਮਾਨਤ ਦਿੱਤੀ ਜਾਂਦੀ ਹੈ ਕਿਸੇ ਵੀ ਕੇਸ ਦੇ ਵਿੱਚ, ਤਾਂ ਅਦਾਲਤ ਉਹਦੇ ਵਿੱਚ ਆਧਾਰ ਲਿਖਾਇਆ ਜਾਂਦਾ ਕਿ ਆਖਿਰ ਕਿਸ ਆਧਾਰ 'ਤੇ ਜਿਹੜੀ ਹੈ ਬੇਲ ਦਿੱਤੀ ਗਈ ਹੈ। ਤਾਂ ਉਸੇ ਆਧਾਰ ਨੂੰ ਲੈ ਕੇ ਬਿਕਰਮ ਮਜੀਠੀਆ ਲਗਾਤਾਰ ਉਹਦਾ ਹਵਾਲਾ ਦਿੰਦੇ ਰਹੇ ਕਿ ਜੇ ਕੋਰਟ ਨੇ ਮੈਨੂੰ ਬੇਲ ਦਿੱਤੀ ਆ ਤਾਂ ਇਸ ਆਧਾਰ 'ਤੇ ਦਿੱਤੀ ਹੈ। ਪਰ ਦੂਜੇ ਪਾਸੇ ਜਿਹੜੀਆਂ ਜਾਂਚ ਏਜੰਸੀਆਂ ਨੇ, ਦੇਖੋ ਆਪਣੇ ਆਪਣੇ ਅਧਿਕਾਰ ਨੇ, ਕੋਰਟ ਨੇ ਆਪਣੇ ਅਧਿਕਾਰ ਨਾਲ ਜ਼ਮਾਨਤ ਦੇਣੀ, ਜਾਂਚ ਏਜੰਸੀਆਂ ਦਾ ਆਪਣਾ ਅਧਿਕਾਰ ਆ, ਆਪਣਾ ਆਧਾਰ ਆ। ਪਰ ਜਾਂਚ ਏਜੰਸੀ ਕਹਿੰਦੀ ਹੈ ਜਦੋਂ ਕਿ ਸਾਡੇ ਕੋਲ ਹੋਰ ਤੱਥ ਸਾਹਮਣੇ ਆਏ ਨੇ, ਅਸੀਂ ਉਹਨਾਂ ਤੱਥਾਂ ਦੇ ਆਧਾਰ 'ਤੇ ਪੁੱਛਗਿੱਛ ਕਰਨੀ ਹੈ, ਤਾਂ ਇਸ ਕਰਕੇ ਦੁਬਾਰਾ ਤੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾਣੀ ਹੈ। ਤਾਂ ਉਸੇ ਦੇ ਲਈ ਅੱਜ ਬੁਲਾਇਆ ਗਿਆ ਬਿਕਰਮ ਮਜੀਠੀਆ ਨੂੰ। ਤਾਂ ਅੱਜ ਪੁੱਛਗਿੱਛ ਦੇ ਦੌਰਾਨ ਕੀ ਕੁਝ ਚਰਚਾ ਹੋਈ, ਕੀ ਕੁਝ ਗੱਲਬਾਤ ਹੋਈ, ਉਹ ਥੋੜ੍ਹੀ ਦੇਰ ਤੱਕ ਲੱਗਦਾ ਕਿ ਬਿਕਰਮ ਮਜੀਠੀਆ ਹੁਣ ਇੱਥੇ ਆਪਣੇ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਵੀ ਉਹਦੇ ਬਾਰੇ ਸ਼ਾਇਦ ਜ਼ਿਕਰ ਕਰਨ, ਚਰਚਾ ਕਰਨ। ਤਾਂ ਕੀ ਕੁਝ ਸਵਾਲ ਕੀਤੇ ਗਏ ਬਿਕਰਮ ਮਜੀਠੀਆ ਨੂੰ, ਉਹਨਾਂ ਸਵਾਲਾਂ ਦੇ ਜਵਾਬ ਬਿਕਰਮ ਮਜੀਠੀਆ ਨੇ ਕੀ ਦਿੱਤੇ ਨੇ, ਉਹ ਬੇਹੱਦ ਅਹਿਮ ਹੋ ਜਾਂਦਾ। ਕਿਉਂਕਿ ਚਿਹਰੇ 'ਤੇ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ, ਜਦੋਂ ਅੰਦਰ ਬਿਕਰਮ ਮਜੀਠੀਆ ਗਏ ਸੀ ਤਾਂ ਚਿਹਰੇ 'ਤੇ ਉਦੋਂ ਵੀ ਸਮਾਈਲ ਸੀ, ਔਰ ਬਾਹਰ ਆਏ ਨੇ ਤਾਂ ਉਦੋਂ ਵੀ ਉਹਨਾਂ ਦੇ ਚਿਹਰੇ 'ਤੇ ਉਹੀ ਸਮਾਈਲ ਔਰ ਹਮਲਾਵਰ ਗਏ ਸੀ ਅੰਦਰ। ਜਦੋਂ ਅੰਦਰ ਗਏ ਤਾਂ ਸਰਕਾਰ 'ਤੇ, ਸੱਤਾ ਧਿਰ 'ਤੇ ਹਮਲਾਵਰ ਨਜ਼ਰ ਆਏ ਸੀ ਬਿਕਰਮ ਮਜੀਠੀਆ। ਤਾਂ ਇਹ ਘੇਰਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਉਹਨਾਂ ਦੇ ਸਮਰਥਕ ਨੇ, ਸਾਥੀ ਨੇ, ਉਹਨਾਂ ਦਾ ਘੇਰਾ, ਉਸ ਘੇਰੇ ਦੇ ਵਿੱਚ ਬਿਕਰਮ ਮਜੀਠੀਆ ਨਜ਼ਰ ਆ ਰਹੇ ਨੇ। ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਵਿਜੇ, ਔਰ ਉਹਨਾਂ ਦੇ ਜਿਹੜੇ ਸਾਥੀ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ, ਬਿਕਰਮ ਮਜੀਠੀਆ ਨੂੰ ਮਿਲਣਾ ਚਾਹੁੰਦੇ ਨੇ, ਜਿਹੜੇ ਕਰੀਬ 7 ਘੰਟੇ ਤੋਂ ਇੱਥੇ ਉਡੀਕ ਕਰ ਰਹੇ ਸੀ ਬਿਕਰਮ ਮਜੀਠੀਆ ਦੀ। ਤਾਂ ਉਹ 7 ਘੰਟੇ ਦੀ ਉਡੀਕ ਤੋਂ ਬਾਅਦ ਹੁਣ ਬਿਕਰਮ ਮਜੀਠੀਆ